ਕੋਵਿਡ ਦੌਰਾਨ ਕੈਨੇਡਾ ਭਰ ਵਿੱਚ $2,000 ਦੀ ਜੋ ਮਦਦ ਦਿੱਤੀ ਗਈ ਉਹ ਵੱਡੀ ਗਿਣਤੀ ਕੈਨੇਡਾ ਵਾਸੀਆਂ ਦੇ ਵੱਲੋਂ ਲਈ ਗਈ ਸੀ, ਜਿਸ ਵਿੱਚ ਕਈਆਂ ਨੇ ਗਲਤ ਜਾਣਕਾਰੀ ਦੇ ਕੇ ਵੀ ਉਹ ਮਦਦ ਲਈ। ਤੇ ਇਸੇ ਨੂੰ ਲੈ ਕੇ ਕੈਨੇਡਾ ਰੈਵਨਿਊ ਏਜੰਸੀ ਦੇ ਵੀ ਸੈਂਕੜੇ ਅਜਿਹੇ ਕਾਮੇ ਪਾਏ ਗਏ ਜਿਨ੍ਹਾਂ ਨੇ ਯੋਗਤਾ ਨਾ ਹੁੰਦੇ ਹੋਏ ਵੀ ਇਸ ਮਦਦ ਲਈ ਦਾਅਵਾ ਪੇਸ਼ ਕੀਤਾ ਤੇ $2,000 ਦੀ ਮਦਦ ਲਈ। CERB ਦੀਆਂ ਪੇਮੈਂਟਸ ਦੇ ਵਾਸਤੇ CRA ਦੇ ਕਾਮਿਆਂ ਉੱਤੇ June 2023 ਵਿੱਚ ਜਾਂਚ ਸ਼ੁਰੂ ਹੋਈ ਸੀ, ਜਿਸ ਤੋਂ ਬਾਅਦ ਹੁਣ ਤੱਕ 600 ਦੇ ਕਰੀਬ ਮਾਮਲਿਆਂ ਤੇ ਜਾਂਚ ਹਜੇ ਵੀ ਕੀਤੀ ਜਾ ਰਹੀ ਹੈ ਤੇ ਉਹਨਾਂ ਵਿੱਚੋਂ 299 ਇੰਪਲੋਈ ਯਾਨੀ ਕਿ ਕਾਮੇ CRA ਦੇ ਹੁਣ ਤੱਕ ਦੋਸ਼ੀ ਪਾਏ ਜਾ ਚੁੱਕੇ ਨੇ, ਜੋ ਕਿ ਯੋਗਤਾ ਨਹੀਂ ਸੀ ਰੱਖਦੇ ਪਰ ਫਿਰ ਵੀ ਉਹਨਾਂ ਨੇ CERB ਦੀ ਪੇਮੈਂਟ ਲਈ, ਜਿਸ ਤੋਂ ਬਾਅਦ ਉਹਨਾਂ ਨੂੰ ਕੰਮ ਤੋਂ ਕੱਢ ਵੀ ਦਿੱਤਾ ਗਿਆ। ਸਰਕਾਰੀ ਕਾਮੇ ਜਿਨ੍ਹਾਂ ਵੱਲੋਂ ਇਸ ਮੌਕੇ ਦਾ ਅਜਿਹਾ ਲਾਹਾ ਲਿਆ ਗਿਆ ਕਿ ਯੋਗਤਾ ਨਾ ਹੁੰਦੇ ਹੋਏ ਵੀ $2,000 ਦੀ ਮਦਦ ਦੇ ਵਾਸਤੇ ਅਪਲਾਈ ਕਰ ਦਿੱਤਾ ਗਿਆ ਤੇ ਮਦਦ ਉਹਨਾਂ ਤੱਕ ਪਹੁੰਚ ਗਈ, ਜਿਸ ਤੋਂ ਬਾਅਦ ਹੁਣ ਤੱਕ CRA ਵਿਭਾਗ ਸੈਂਕੜੇ ਅਜਿਹੇ ਕਾਮਿਆਂ ਨੂੰ ਕੰਮ ਤੋਂ ਕੱਢ ਚੁੱਕਿਆ। ਜਿਸ ਬਾਰੇ CRA ਵਿਭਾਗ ਦਾ ਕਹਿਣਾ ਕਿ ਉਹਨਾਂ ਦੇ ਕਾਮੇ ਜੋ ਯੋਗਤਾ ਨਹੀਂ ਸੀ ਰੱਖਦੇ, ਜਿਨ੍ਹਾਂ ਵੱਲੋਂ ਇਹ ਮਦਦ ਲਈ ਗਈ ਹੈ, ਉਹਨਾਂ ਨੂੰ ਇਹ ਰਕਮ ਵਾਪਸ ਵੀ ਕਰਨੀ ਪਵੇਗੀ। ਕੈਨੇਡਾ ਭਰ ਵਿੱਚ ਲੱਖਾਂ ਦੀ ਗਿਣਤੀ 'ਚ ਲੋਕਾਂ ਦੇ ਵੱਲੋਂ ਇੱਕਦਮ ਇਸ ਮਦਦ ਦੇ ਲਈ ਦਾਅਵੇ ਤਾਂ ਪੇਸ਼ ਕਰ ਦਿੱਤੇ ਗਏ ਸਨ, ਪਰ $2,000 ਦੀ ਇਸ ਮਦਦ ਲਈ ਕਈ ਯੋਗਤਾ ਨਹੀਂ ਸੀ ਰੱਖਦੇ, ਜਿਨ੍ਹਾਂ ਨੂੰ CERB ਦੀ ਇਹ ਮਦਦ ਵਾਪਸ ਕੀਤੇ ਜਾਣ ਦੇ ਬਾਰੇ ਚਿੱਠੀਆਂ ਵੀ CRA ਵਿਭਾਗ ਵੱਲੋਂ ਕਈ ਵਾਰ ਭੇਜੀਆਂ ਜਾ ਚੁੱਕੀਆਂ ਨੇ। CERB ਦੀ $2,000 ਦੀ ਮਦਦ March 2020 ਤੋਂ September 2020 ਦਰਮਿਆਨ ਦਿੱਤੀ ਗਈ ਤੇ ਇਸ ਤੋਂ ਬਾਅਦ CRB ਯਾਨੀ ਕਿ ਕੈਨੇਡਾ ਰਿਕਵਰੀ ਬੈਨੀਫਿਟ ਦੇ ਰਾਹੀਂ ਮਦਦ December 2021 ਤੱਕ ਦਿੱਤੀ ਗਈ, ਜਿਸ ਵਿੱਚ $ਅਰਬਾਂ ਲੋਕਾਂ ਤੱਕ ਅਜਿਹੇ ਪਹੁੰਚ ਗਏ ਜੋ ਯੋਗਤਾ ਵੀ ਨਹੀਂ ਸੀ ਰੱਖਦੇ ਪਰ ਉਹਨਾਂ ਨੇ ਫਿਰ ਵੀ ਉਹ ਮਦਦ ਲੈ ਲਈ, ਜਿਸ ਉੱਤੇ ਹਜੇ ਤੱਕ ਜਾਂਚ ਵੀ ਚੱਲ ਰਹੀ ਹੈ ਤੇ ਹਜੇ ਤੱਕ CRA ਵਿਭਾਗ ਵੱਲੋਂ ਚਿੱਠੀਆਂ ਵੀ ਭੇਜੀਆਂ ਜਾ ਰਹੀਆਂ ਨੇ। ਕੰਜ਼ਰਵੇਟਿਵ ਪਾਰਟੀ ਨੇ ਮੰਗਲਵਾਰ ਨੂੰ ਪਾਰਲੀਮੈਂਟ ਵਿੱਚ ਬੇਭਰੋਸਗੀ ਮਤਾ ਪੇਸ਼ ਕਰਨਾ ਹੈ, ਜਿਸ ਤੋਂ ਪਹਿਲਾਂ ਜਿਵੇਂ ਕਿ NDP ਲੀਡਰ ਜਗਮੀਤ ਸਿੰਘ ਪਿਛਲੇ ਹਫ਼ਤੇ ਹੀ ਐਲਾਨ ਕਰ ਚੁੱਕੇ ਨੇ ਕਿ ਉਹ ਇਸ ਨੂੰ ਸਹਿਯੋਗ ਨਹੀਂ ਦੇਣਗੇ, ਤਾਂ ਉਸੇ ਨੂੰ ਲੈ ਕੇ ਸੋਮਵਾਰ ਨੂੰ ਪਾਰਲੀਮੈਂਟ ਵਿੱਚ ਜਦੋਂ ਡਿਬੇਟ ਚੱਲ ਰਹੀ ਸੀ ਤਾਂ ਦੋਵੇਂ ਧਿਰਾਂ ਦਰਮਿਆਨ ਸ਼ਬਦਾਵਲੀ ਕਾਫ਼ੀ ਜ਼ਿਆਦਾ ਤਿੱਖੀ ਵਰਤੀ ਗਈ ਇੱਕ ਦੂਜੇ ਵੱਲੋਂ, ਜਿਸ ਤੋਂ ਬਾਅਦ ਹਾਊਸ ਆਫ ਕਾਮਨਸ ਵਿੱਚ ਸਪੀਕਰ ਗ੍ਰੈਗ ਫਰਗਸ ਦੇ ਵੱਲੋਂ ਚੇਤਾਵਨੀ ਦਿੱਤੀ ਗਈ, ਜਿਨ੍ਹਾਂ ਨੇ ਲੋਕ ਸਭਾ ਮੈਂਬਰਾਂ ਨੂੰ ਚੇਤਾਵਨੀ ਦਿੱਤੀ ਸੋਮਵਾਰ ਦੇ ਦਿਨ ਕਿ ਉਹ ਆਪਣੇ ਵਤੀਰੇ ਵਿੱਚ ਸੁਧਾਰ ਕਰਨ, ਜਿਨ੍ਹਾਂ ਵੱਲੋਂ ਕੁਝ ਅਜਿਹੀ ਸ਼ਬਦਾਵਲੀ ਦੀ ਵਰਤੋਂ ਕੀਤੀ ਜਾ ਰਹੀ ਹੈ ਜੋ ਪਾਰਲੀਮੈਂਟ ਦੇ ਵਿੱਚ ਨਹੀਂ ਕੀਤੀ ਜਾ ਸਕਦੀ, ਜਿਸ ਤੋਂ ਬਾਅਦ ਸਪੀਕਰ ਵੱਲੋਂ ਪਾਰਲੀਮੈਂਟ ਦੇ ਸੈਸ਼ਨ ਦਰਮਿਆਨ ਹੀ ਲੋਕ ਸਭਾ ਮੈਂਬਰਾਂ ਨੂੰ ਰੋਕਿਆ ਗਿਆ। ਚੇਤਾਵਨੀ ਦਿੱਤੀ ਗਈ ਕਿ ਬਹੁਤ ਸਮਝਦਾਰੀ ਦੇ ਨਾਲ ਅੱਖਰਾਂ ਦੀ ਚੋਣ ਕੀਤੀ ਜਾਵੇ, ਜਿਨ੍ਹਾਂ ਕਿਹਾ ਕਿ ਅਜਿਹਾ ਵਤੀਰਾ ਪਾਰਲੀਮੈਂਟ ਵਿੱਚ ਕਬੂਲ ਨਹੀਂ ਕੀਤਾ ਜਾ ਸਕਦਾ। ਇੱਥੇ ਜ਼ਿਕਰਯੋਗ ਹੈ ਕਿ ਲੰਘੇ ਵੀਰਵਾਰ ਨੂੰ ਕੰਜ਼ਰਵੇਟਿਵ ਲੀਡਰ ਪੀਰ ਪੋਲੀਐਵ ਨੇ NDP ਲੀਡਰ ਜਗਮੀਤ ਸਿੰਘ ਦੇ ਲਈ ਕਈ ਅਜਿਹੇ ਸ਼ਬਦਾਂ ਦੀ ਵਰਤੋਂ ਕੀਤੀ ਸੀ, ਜਿਸ ਵਿੱਚ ਸਿੱਧਾ ਹੀ ਜਗਮੀਤ ਸਿੰਘ ਨੂੰ ਪੀਰ ਪੋਲੀਐਵ ਨੇ ਫਰੌਡ, ਧੋਖੇਬਾਜ਼ ਤੇ ਜਾਲੀ ਕਹਿ ਕੇ ਸੰਬੋਧਨ ਕੀਤਾ ਸੀ, ਜਿਸ ਤੋਂ ਬਾਅਦ ਜਗਮੀਤ ਸਿੰਘ ਆਪਣੀ ਕੁਰਸੀ ਤੋਂ ਉੱਠ ਕੇ ਬਾਹਰ ਵੀ ਆ ਗਏ ਸਨ ਤੇ ਇਸ ਮੌਕੇ ਬਹਿਸ ਇੱਕ ਦੂਜੇ ਨਾਲ ਚੱਲੀ ਤੇ ਉਸ ਤੋਂ ਬਾਅਦ ਸੋਮਵਾਰ ਨੂੰ ਵੀ ਤਿੱਖੀ ਬਹਿਸ ਲਗਾਤਾਰ ਚੱਲ ਰਹੀ ਸੀ, ਜਿਸ ਉੱਤੇ ਸਪੀਕਰ ਨੇ ਪਾਰਲੀਮੈਂਟ ਦੇ ਸੈਸ਼ਨ ਨੂੰ ਰੋਕ ਕੇ ਲੋਕ ਸਭਾ ਮੈਂਬਰਾਂ ਨੂੰ ਚੇਤਾਵਨੀ ਦਿੱਤੀ। ਇਸ ਮੌਕੇ NDP ਹਾਊਸ ਲੀਡਰ ਪੀਟਰ ਜੂਲੀਅਨ ਦੇ ਵੱਲੋਂ ਕਿਹਾ ਗਿਆ ਕਿ ਜੋ ਜਗਮੀਤ ਸਿੰਘ ਵਾਸਤੇ ਪੀਅਰ ਪੋਲੀਐਵ ਦੇ ਵੱਲੋਂ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ ਹੈ ਉਹ ਬਿਲਕੁਲ ਵੀ ਕਬੂਲੀ ਨਹੀਂ ਜਾ ਸਕਦੀ, ਜਿਨ੍ਹਾਂ ਕਿਹਾ ਕਿ ਉਹ 20 ਸਾਲ ਤੋਂ ਪਾਰਲੀਮੈਂਟ ਦੇ ਵਿੱਚ ਨੇ ਪਰ ਹੁਣ ਤੱਕ ਅਜਿਹਾ ਕਦੀ ਨਹੀਂ ਸੀ ਹੋਇਆ, ਕਿਸੇ ਨੂੰ ਇੰਨਾ ਬੇਇੱਜ਼ਤ ਕੀਤੇ ਜਾਣ ਦਾ ਕਿਸੇ ਨੂੰ ਹੱਕ ਨਹੀਂ ਹੈ ਤੇ ਜਦੋਂ ਮਾਈਕ੍ਰੋਫੋਨ ਵੀ ਚੱਲ ਰਿਹਾ ਹੋਵੇ। ਪਿਛਲੇ ਹਫ਼ਤੇ ਹੀ NDP ਹਾਊਸ ਲੀਡਰ ਪੀਟਰ ਜੂਲੀਅਨ ਦੇ ਵੱਲੋਂ ਕੰਜ਼ਰਵੇਟਿਵ ਲੀਡਰ ਪੀਅਰ ਪੋਲੀਐਵ
ਦੀ ਸ਼ਬਦਾਵਲੀ ਦੇ ਉੱਤੇ ਇਹ ਬਿਆਨ ਦਿੱਤਾ ਗਿਆ ਸੀ ਤੇ ਇਸ ਮੌਕੇ ਸਪੀਕਰ ਤੋਂ ਮੰਗ ਵੀ ਕੀਤੀ ਜਾ ਰਹੀ ਹੈ ਕਿ ਪੀਅਰ ਪੋਲੀਐਵ ਆਪਣੀ ਸ਼ਬਦਾਵਲੀ ਨੂੰ ਵਾਪਸ ਲੈਣ ਤੇ ਮੁਆਫ਼ੀ ਮੰਗਣ। ਇਸ ਉੱਤੇ ਗ੍ਰੀਨ ਪਾਰਟੀ ਲੀਡਰ ਐਲਿਜ਼ਾਬੈਥ ਮੇਅਰ ਦੇ ਵੱਲੋਂ ਵੀ ਇੱਕ ਬਿਆਨ ਜਾਰੀ ਕੀਤਾ ਗਿਆ ਜਿਨ੍ਹਾਂ ਕਿਹਾ ਕਿ ਪਹਿਲੀ ਵਾਰ ਉਹਨਾਂ ਨੂੰ ਪਾਰਲੀਮੈਂਟ ਸੈਸ਼ਨ ਦੇ ਵਿੱਚ ਬੈਠ ਕੇ ਕੁਝ ਅਜਿਹਾ ਮਹਿਸੂਸ ਹੋਇਆ ਕਿ ਜੇਕਰ ਦੋਵੇਂ ਯਾਨੀ ਕਿ ਪੀਅਰ ਪੋਲੀਐਵ ਤੇ ਜਗਮੀਤ ਸਿੰਘ ਇੱਕ ਦੂਜੇ ਦੇ ਨੇੜੇ ਹੁੰਦੇ ਤਾਂ ਸ਼ਾਇਦ ਉਹ ਇੱਕ ਦੂਜੇ ਨਾਲ ਹੱਥੋਂ ਪਾਈ ਤੱਕ ਹੋ ਜਾਂਦੇ। ਇੱਥੇ ਜ਼ਿਕਰਯੋਗ ਹੈ ਕਿ ਕੱਲ੍ਹ ਨੂੰ ਯਾਨੀ ਕਿ ਮੰਗਲਵਾਰ ਨੂੰ ਕੰਜ਼ਰਵੇਟਿਵ ਪਾਰਟੀ ਦੇ ਵੱਲੋਂ ਜੋ ਬੇਭਰੋਸਗੀ ਮਤਾ ਪੇਸ਼ ਕੀਤਾ ਜਾਣਾ ਹੈ ਉਸ ਦੇ ਉੱਤੇ ਵੀ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ, ਪਰ ਫਿਲਹਾਲ ਤੱਕ ਤਾਂ ਇਹੋ ਉਮੀਦ ਕੀਤੀ ਜਾ ਰਹੀ ਹੈ ਕਿ ਉਹ ਆਪਣੀ ਕੋਸ਼ਿਸ਼ ਵਿੱਚ ਕਾਮਯਾਬ ਨਹੀਂ ਹੋ ਸਕਣਗੇ ਕਿਉਂ ਜੋ ਐਨਡੀਪੀ ਲੀਡਰ ਜਗਮੀਤ ਸਿੰਘ ਨੇ ਸਾਫ਼ ਕਹਿ ਦਿੱਤਾ ਹੈ ਕਿ ਉਹ ਉਹਨਾਂ ਦੇ ਬੇਭਰੋਸਗੀ ਮਤੇ ਨੂੰ ਸਹਿਯੋਗ ਨਹੀਂ ਦੇਣਗੇ। ਓਨਟੇਰੀਓ ਦੇ ਕੈਂਬਰਿਜ ਤੋਂ ਇੱਕ ਮੰਦਭਾਗਾ ਮਾਮਲਾ ਸਾਹਮਣੇ ਆਇਆ ਜਿੱਥੇ ਕਿ 2 ਸਾਲ ਦਾ ਬੱਚਾ ਪਹਿਲਾਂ ਲਾਪਤਾ ਦੱਸਿਆ ਜਾ ਰਿਹਾ ਸੀ ਜਿਸ ਦੀ ਕਿ ਹੁਣ ਮੌਤ ਹੋ ਗਈ ਹੈ, ਜਿਸ ਉੱਤੇ ਵਾਟਰਲੂ ਰੀਜਨਲ ਪੁਲਿਸ ਸਰਵਿਸ ਦੇ ਅਧਿਕਾਰੀ ਜਾਂਚ ਕਰ ਰਹੇ ਨੇ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇੱਕ ਔਰਤ ਜੋ ਕਿ ਸੋਪਰ ਪਾਰਕ ਵਿੱਚ ਸੀ, ਜੋ ਕਿ ਬੈਵਰਲੀ ਸਟਰੀਟ ਅਤੇ ਡੰਡਾਸ ਸਟਰੀਟ ਨੌਰਥ ਦੇ ਕੋਲ ਖੇਤਰ ਹੈ ਜਿੱਥੇ ਉਹ ਆਪਣੇ ਬੱਚੇ ਨਾਲ ਸੀ, ਅਤੇ ਉਸਨੇ ਸਵੇਰੇ 6 ਵਜੇ ਦੇ ਨੇੜੇ ਸੋਮਵਾਰ ਨੂੰ ਪੁਲਿਸ ਨੂੰ ਫੋਨ ਕਰਕੇ ਸ਼ਿਕਾਇਤ ਕੀਤੀ ਕਿ ਉਸਦਾ ਬੱਚਾ ਲਾਪਤਾ ਹੋ ਗਿਆ। ਪੁਲਿਸ ਨੇ ਬੱਚੇ ਨੂੰ ਲੱਭ ਲਿਆ ਪਰ ਉਹ ਹੋਸ਼ ਵਿੱਚ ਨਹੀਂ ਸੀ, ਜਿਸ ਨੂੰ ਬਚਾਉਣ ਦੀ ਕਾਫ਼ੀ ਕੋਸ਼ਿਸ਼ ਕੀਤੀ ਗਈ, ਜਿਸ ਨੂੰ ਹਸਪਤਾਲ ਵੀ ਪਹੁੰਚਾਇਆ ਗਿਆ, ਪਰ 2 ਸਾਲ ਦੇ ਬੱਚੇ ਨੂੰ ਹਸਪਤਾਲ ਵਿੱਚ ਮ੍ਰਿਤਕ ਐਲਾਨ ਦਿੱਤਾ ਗਿਆ। ਉਸ ਖੇਤਰ ਵਿੱਚ ਨੇੜੇ ਇੱਕ ਛੋਟੀ ਝੀਲ ਵੀ ਹੈ ਪਰ ਪੁਲਿਸ ਨੇ ਹਜੇ ਤੱਕ ਇਹ ਨਹੀਂ ਪੁਸ਼ਟੀ ਕੀਤੀ ਕਿ ਬੱਚਾ ਪਾਣੀ ਵਿੱਚੋਂ ਮਿਲਿਆ ਜਾਂ ਨਹੀਂ। ਇਸ ਮੌਕੇ ਪੁਲਿਸ ਅਧਿਕਾਰੀਆਂ ਵੱਲੋਂ ਵੀ ਇਸ ਉੱਤੇ ਅਫਸੋਸ ਦਾ ਪ੍ਰਗਟਾਵਾ ਕੀਤਾ ਗਿਆ, ਜਿਨ੍ਹਾਂ ਕਿਹਾ ਕਿ ਇਹ ਕਾਫ਼ੀ ਮੰਦਭਾਗਾ ਮਾਮਲਾ ਸਾਰਿਆਂ ਵਾਸਤੇ ਸਾਹਮਣੇ ਆਇਆ ਅਤੇ ਉਹਨਾਂ ਨੇ ਬੱਚੇ ਦੇ ਪਰਿਵਾਰਕ ਮੈਂਬਰਾਂ ਦੇ ਲਈ ਵੀ ਦੁੱਖ ਦਾ ਪ੍ਰਗਟਾਵਾ ਕੀਤਾ। ਵਾਟਰਲੂ ਖੇਤਰ ਵਿੱਚ ਸੋਮਵਾਰ ਦੀ ਸਵੇਰ ਨੂੰ ਇੱਕ ਗੰਭੀਰ ਸੜਕ ਹਾਦਸਾ ਵਾਪਰ ਗਿਆ ਜਿਸ ਵਿੱਚ 3 ਜਣਿਆਂ ਦੀ ਜਾਨ ਹੀ ਚਲੀ ਗਈ ਅਤੇ 3 ਜਣੇ ਜ਼ਖਮੀ ਹੋਏ ਨੇ। ਪੁਲਿਸ ਨੇ ਕਿਹਾ ਕਿ ਇੱਕ ਟੈਸਲਾ ਗੱਡੀ ਅਤੇ ਇੱਕ ਡੋਜ ਰੈਮ ਇੱਕ ਦੂਜੇ ਨਾਲ ਟਕਰਾ ਗਏ ਸੋਮਵਾਰ ਦੀ ਸਵੇਰ ਨੂੰ ਵੈਲਸਲੀ ਟਾਊਨਸ਼ਿਪ ਵਿੱਚ, ਜੋ ਕਿ ਓਨਟੇਰੀਓ ਦੇ ਕਿਚਨਰ ਕੋਲ ਹੈ, ਜਿੱਥੇ ਕਿ ਟੈਸਲਾ ਗੱਡੀ ਵਿੱਚ ਮੌਜੂਦ 3 ਜਣਿਆਂ ਦੀ ਮੌਤ ਹੋ ਗਈ, ਜਿਸ 'ਤੇ ਕਿ 25 ਸਾਲ ਦੇ ਡਰਾਈਵਰ ਅਤੇ ਨਾਲ ਹੀ 2 ਹੋਰ ਗੱਡੀ ਵਿੱਚ ਮੌਜੂਦ ਸਨ ਉਹਨਾਂ ਦੀ ਜਾਨ ਚੱਲੀ ਗਈ ਅਤੇ 1 ਜਣੇ ਨੂੰ ਹਸਪਤਾਲ ਲਿਜਾਇਆ ਗਿਆ ਜਿਸ ਦੀ ਹਾਲਤ ਖਤਰੇ ਤੋਂ ਬਾਹਰ ਹੈ। ਅਤੇ ਦੂਜੇ ਪਾਸੇ ਡੋਜ ਰੈਮ ਦੇ 28 ਸਾਲਾ ਡਰਾਈਵਰ ਅਤੇ ਨਾਲ ਹੀ ਉਸ ਨਾਲ 1 ਜਣਾ ਮੌਜੂਦ ਸੀ, ਉਹਨਾਂ ਦੋਵਾਂ ਨੂੰ ਵੀ ਹਸਪਤਾਲ ਪਹੁੰਚਾਇਆ ਗਿਆ, ਉਹਨਾਂ ਦੀ ਹਾਲਤ ਖਤਰੇ ਤੋਂ ਬਾਹਰ ਹੈ। ਪੁਲਿਸ ਨੇ ਜਾਂਚ ਵਾਸਤੇ ਘੰਟਿਆਂ ਬੱਧੀ ਸੜਕ ਨੂੰ ਬੰਦ ਰੱਖਿਆ। ਪੁਲਿਸ ਨੇ ਕਿਹਾ ਕਿ ਜੇਕਰ ਕੋਈ ਚਸ਼ਮਦੀਦ ਹੋਵੇ ਜਾਂ ਕਿਸੇ ਕੋਲ ਕੋਈ ਡੈਸ਼ਕੈਮ ਫੁਟੇਜ ਹੋਵੇ ਇਸ ਸੜਕ ਹਾਦਸੇ ਦੀ, ਤਾਂ ਵਾਟਰਲੂ ਰੀਜਨਲ ਪੁਲਿਸ ਦੇ ਨਾਲ ਸੰਪਰਕ ਜ਼ਰੂਰ ਕੀਤਾ ਜਾਵੇ। ਲੈਂਗਲੀ ਵਿੱਚ ਸ਼ਨੀਵਾਰ ਨੂੰ ਜੋ ਗੈਂਗ ਹਿੰਸਾ ਦਾ ਇੱਕ ਮਾਮਲਾ ਸਾਹਮਣੇ ਆਇਆ ਸੀ ਜਿਸ ਵਿੱਚ ਗੋਲੀ ਲੱਗਣ ਦੇ ਕਰਕੇ 1 ਜਣੇ ਦੀ ਜਾਨ ਵੀ ਗਈ, ਉਸ ਸੰਬੰਧੀ ਪੁਲਿਸ ਨੇ ਹੁਣ ਪੀੜਤ ਦੀ ਪਛਾਣ ਨੂੰ ਵੀ ਜਨਤਕ ਕਰ ਦਿੱਤਾ ਹੈ। ਸ਼ਨੀਵਾਰ ਦੀ ਸ਼ਾਮ ਨੂੰ 6 ਵਜੇ ਦੇ ਨੇੜੇ ਦਾ ਸਮਾਂ ਸੀ 21 ਸਤੰਬਰ ਨੂੰ, ਜਦੋਂ RCMP ਨੂੰ 196 ਸਟਰੀਟ ਅਤੇ 84 ਐਵੇਨਿਊ ਦੇ ਉੱਤੇ ਬੁਲਾਇਆ ਗਿਆ ਕਿ ਉੱਥੇ ਗੋਲੀਆਂ ਚੱਲੀਆਂ ਨੇ, ਜਿੱਥੇ ਕਿ ਪੁਲਿਸ ਵਾਲਿਆਂ ਨੂੰ ਇੱਕ ਵਿਅਕਤੀ ਮ੍ਰਿਤਕ ਹੀ ਮਿਲਿਆ ਅਤੇ ਦੂਜਾ ਪੀੜਤ ਉਹਨਾਂ ਨੂੰ ਮਿਲਿਆ 208 ਸਟਰੀਟ ਅਤੇ 78 ਐਵੇਨਿਊ ਦੇ ਉੱਤੇ, ਜੋ ਕਿ SUV ਦੇ ਨਾਲ ਸੀ ਜਿਸ 'ਤੇ ਕਿ ਸ਼ੀਸ਼ੇ ਟੁੱਟੇ ਹੋਏ ਸੀ। ਸੋਮਵਾਰ ਨੂੰ ਇੰਟੀਗ੍ਰੇਟਿਡ ਹੋਮਿਸਾਈਡ ਇਨਵੈਸਟੀਗੇਸ਼ਨ ਟੀਮ ਦੇ ਵੱਲੋਂ ਪਛਾਣ ਕੀਤੀ ਗਈ, ਜਿਨ੍ਹਾਂ ਕਿਹਾ ਕਿ 38 ਸਾਲਾ ਜੋਨਾਥਨ ਹੈਰਬਰਾਡਾ ਵਾਲਟਰਸ ਨਾਮਕ ਵਿਅਕਤੀ ਐਡਮੰਟਨ ਦਾ ਰਹਿਣ ਵਾਲਾ ਸੀ, ਜਿਸ ਦੀ ਕਿ ਗੋਲੀ ਲੱਗਣ ਦੇ ਨਾਲ ਜਾਨ ਗਈ ਹੈ, ਜਿਸ ਨੂੰ ਕਿ ਪੁਲਿਸ ਪਹਿਲਾਂ ਵੀ ਜਾਣਦੀ ਸੀ। ਗੈਂਗ ਹਿੰਸਾ ਦੇ ਨਾਲ ਸੰਬੰਧਿਤ ਇਹ ਮਾਮਲਾ ਹੈ। ਜੋ ਪੀੜਤ ਬਚਿਆ ਵੀ ਹੈ ਉਸਦਾ ਨਾਮ ਜਦ ਤੱਕ ਨਹੀਂ ਕੀਤਾ ਗਿਆ ਹੈ ਅਤੇ ਪੁਲਿਸ ਉਸਨੂੰ ਵੀ ਪਹਿਲਾਂ ਤੋਂ ਜਾਣਦੀ ਹੈ, ਯਾਨੀ ਕਿ ਗੈਂਗ ਵਾਰ ਦੇ ਨਾਲ ਉਸਦਾ ਵੀ ਸੰਬੰਧ ਹੈ।
ਅਤੇ ਪੁਲਿਸ ਵਾਲਿਆਂ ਦਾ ਕਹਿਣਾ ਕਿ ਕੰਬਾਈਨਡ ਫੋਰਸਿਸ ਸਪੈਸ਼ਲ ਇਨਫੋਰਸਮੈਂਟ ਯੂਨਿਟ ਜੋ ਬ੍ਰਿਟਿਸ਼ ਕੋਲੰਬੀਆ ਦੀ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਅਲਬਰਟਾ ਤੋਂ ਵੀ ਜਾਂਚ ਅਧਿਕਾਰੀ ਇਸ ਮਾਮਲੇ ਵਿੱਚ ਸਹਿਯੋਗ ਦੇ ਰਹੇ ਨੇ।